गुण हरप्रीत मैम नो इनवाइट कर दिया मैं कुछ शेयर करोगे अपने थॉट्स तो तालियां बजा सकते हैं गुड आफ्टरनून हो गया सो गुड आफ्टरनून एंड स्टूडेंट्स गुड आफ्टरनून मेरे मन च किन्ने दिनों दी ना गल्लां चल रहीआं सी कि मैं कुछ बोलूं अज मैं बिना मतलब कि जो मेरे मन च सी मैं वही बोलना चाहती हुई हां ते सब तो पहला मैं अपने ऑफिस कोऑर्डिनेटरी नु बहुत बहुत थैंक यू कहना चाहती हां कि मैं अज इत्थे हैगी हां ते जिदा मैं किन्ना कुछ इत्थों सीख चुकी हां स्टूडेंट टाइम ते भी मैं बहुत कुछ सीखिआ है इत्थे ਕੰਪਿਊਟਰ ਦਾ ਮੈਨੂੰ ਪਹਿਲਾਂ ਤਾਂ ਬਹੁਤ ਜ਼ਿਆਦਾ ਪਸੰਦ ਸੀਗਾ ਲੇਕਿਨ ਟਾਈਮ ਨਹੀਂ ਮਿਲਦਾ ਹੁੰਦਾ ਸੀ ਅਤੇ ਇੱਕ ਸਿਸਟਮ ਸਾਡੇ ਘਰ ਨਹੀਂ ਸੀਗਾ ਅਤੇ ਇਸ ਕਰਕੇ ਮੈਨੂੰ ਕਦੀ ਮੌਕਾ ਨਹੀਂ ਮਿਲਿਆ ਉਹਨੂੰ ਚੰਗੀ ਤਰ੍ਹਾਂ ਸਿੱਖਣ ਦਾ ਇੱਥੇ ਆ ਕੇ ਮੈਂ ਬਹੁਤ ਕੁਛ ਸਿੱਖਿਆ ਕੰਪਿਊਟਰ ਦੇ ਵਿੱਚੋਂ ਈਵਨ ਕਿ ਹਾਲੇ ਤੱਕ ਵੀ ਮੈਂ ਕੋਈ ਚੀਜ਼ ਜੇ ਕਰ ਚੁੱਕੀ ਹਾਂ ਨਾ ਤਾਂ ਉਹਦੇ ਵਿੱਚੋਂ ਵੀ ਅਲੱਗ ਤੋਂ ਕੁਛ ਨਾ ਕੁਛ ਸਿੱਖਣ ਦੀ ਕੋਸ਼ਿਸ਼ ਕਰਦੀ ਹਾਂ ਅਤੇ ਸਾਰਾ ਕਿ ਕੋਈ ਪ੍ਰੋਬਲਮ ਆਉਂਦੀ ਆ ਉਹ ਇਹਨਾਂ ਨੂੰ ਬਹੁਤ ਆਸਾਨੀ ਦੇ ਨਾਲ ਸੋਲਵ ਕਰਕੇ ਦੱਸਦੇ ਆ ਕੁਛ ਵੀ ਸਮਝਾਉਣਾ ਉਹਨੂੰ ਵਧੀਆ ਤਰੀਕੇ ਨਾਲ ਦੱਸਦੇ ਆ ਅਤੇ ਮੈਨੂੰ ਇੱਥੇ ਦੇ ਸਟੂਡੈਂਟ ਵੀ ਬਹੁਤ ਵਧੀਆ ਲੱਗਦੇ ਆ ਕਿ ਇਹਨਾਂ ਤੋਂ ਵੀ ਮੈਨੂੰ ਕਿੰਨਾ ਕੁਛ ਸਿੱਖਣ ਨੂੰ ਮਿਲਦਾ ਆ ਮਤਲਬ ਕਿ ਜੋ ਮੈਂ ਕਰਦੀ ਹਾਂ ਉੱਥੋਂ ਤਾਂ ਮਿਲਦਾ ਹੀ ਮਿਲਦਾ ਜੋ ਸਟੂਡੈਂਟ ਹੈਗੇ ਇੱਥੇ ਕੁਛ ਨਾ ਕੁਛ ਅਲੱਗ ਕਰਦੇ ਆ ਕੁਛ ਨਾ ਕੁਛ ਕੰਪਿਊਟਰ 'ਤੇ ਵੀ ਕਰਦੇ ਨਾ ਉੱਥੋਂ ਵੀ ਮੈਨੂੰ ਆਪਣੇ ਆਪ ਵੀ ਫੀਲ ਹੁੰਦਾ ਕਿ ਹਾਂ ਮੈਨੂੰ ਜੋ ਨਹੀਂ ਪਤਾ ਉਹ ਇਹ ਵੀ ਦੱਸਦੇ ਸਟੂਡੈਂਟਸ ਵੀ ਅਤੇ ਮੈਂ ਸਟੂਡੈਂਟਸ ਦਾ ਵੀ ਬਹੁਤ ਬਹੁਤ ਥੈਂਕ ਯੂ ਕਰਦੀ ਹਾਂ ਜਿੰਨੇ ਵੀ ਇੱਥੇ ਸਟੂਡੈਂਟਸ ਹੈਗੇ ਆ ਅਤੇ ਇਹਦੇ ਨਾਲ ਹੀ ਮੈਂ ਮੇਰੇ ਮਨ 'ਚ ਮੈਂ ਗ੍ਰੈਜੂਏਸ਼ਨ ਕਰਦੀ ਪਈ ਸੀ ਉਸ ਲਈ ਮੇਰੇ ਮਨ 'ਚ ਸੀਗਾ ਕਿ ਮੈਂ ਆਪਣੇ ਪਾਪਾ ਲਈ ਕੁਛ ਇੱਦਾਂ ਦਾ ਕਰਾਂ ਕਿ ਉਹਨਾਂ ਨੂੰ ਬਹੁਤ ਖੁਸ਼ੀ ਹੋਵੇ ਕਿ ਉਹਨਾਂ ਨੂੰ ਫੀਲ ਹੋਵੇ ਕਿ ਮੇਰੇ ਬੇਟੇ ਮੇਰੀ ਬੇਟਾ ਮਤਲਬ ਕਿ ਮੇਰੇ ਪਾਪਾ ਬ੍ਰਦਰ ਆ ਉਹ ਛੋਟਾ ਆ ਅਤੇ ਉਹ ਚਾਹੁੰਦੇ ਸੀਗੇ ਕਿ ਮੈਂ ਵੱਡੀਆਂ 'ਤੇ ਸਾਰਾ ਕੁਛ ਦੇਖਾਂ ਕਿ ਕਿੱਦਾਂ ਅਰੇਂਜ ਕਰਨਾ ਸਾਰਾ ਕੁਛ ਆਪਣੇ ਘਰ ਨੂੰ ਦੇਖਣਾ ਮੇਰੇ ਮੰਮਾ ਪਾਪਾ ਕਿੱਦਾਂ ਹੈਗੇ ਸਾਰਾ ਕੁਛ ਅਤੇ ਫਿਰ ਉਸ ਤੋਂ ਬਾਅਦ ਮੈਂ ਚਾਹੁੰਦੀ ਸੀਗੀ ਕਿ ਉਹ ਹਮੇਸ਼ਾ ਨਾ ਖੁਸ਼ ਹੋ ਕੇ ਦੱਸਣ ਕਿ ਮੇਰੀ ਬੇਟੀ ਆਹ ਕਰਦੀ ਪਈ ਆ ਅਤੇ ਇੱਥੇ ਆ ਕੇ ਇੰਨਾ ਕੁਛ ਸਿੱਖਿਆ ਨਾ ਬਹੁਤ ਜ਼ਿਆਦਾ ਹੁਣ ਮੈਂ ਘਰ ਆ ਕੇ ਵੀ ਜੋ ਵੀ ਨਵਾਂ ਸਿੱਖਦੀ ਹਾਂ ਰੋਜ਼ ਡੇ ਬਾਏ ਡੇ ਇੱਦਾਂ ਦਾ ਕਦੇ ਨਹੀਂ ਮੇਰਾ ਕੋਈ ਦਿਨ ਲੰਘਿਆ ਕਿ ਮੈਂ ਕੁਛ ਨਵਾਂ ਨਵਾਂ ਸਿੱਖਿਆ ਹੋਵੇ ਅੱਜ ਤੱਕ ਅਤੇ ਮੈਂ ਇੱਦਾਂ ਹੀ ਚਾਹੁੰਦੀ ਹਾਂ ਕਿ ਅੱਗੇ ਵੀ ਸਿੱਖੀ ਜਾਵਾਂ ਅਤੇ ਮੇਰੇ ਪਾਪਾ ਹੁਣ ਥੋੜ੍ਹੇ ਦਿਨਾਂ ਤੋਂ ਬਹੁਤ ਮਤਲਬ ਕਿ ਖੁਸ਼ੀ ਦੇ ਨਾਲ ਜਿੱਦਾਂ ਕੋਈ ਵੀ ਸਾਡੇ ਘਰ ਆਉਂਦਾ ਤਾਂ ਪੁੱਛਦੇ ਆ ਕਿ ਕੀ ਕਰਦੀ ਤੁਹਾਡੀ ਬੇਟੀ ਉਹ ਦੱਸਦੇ ਕਿ ਇੱਥੇ ਇੱਦਾਂ ਜੋਬ ਕਰਦੀ ਆ ਅਤੇ ਨਾਲ ਨਾਲ ਐਮ ਬੀ ਏ ਵੀ ਕਰਦੀ ਪਈ ਆ ਅਤੇ ਫਿਰ ਉਹ ਉਹਨਾਂ ਨੂੰ ਮਤਲਬ ਕਿ ਬਹੁਤ ਖੁਸ਼ ਹੋ ਕੇ ਕਹਿੰਦੇ ਕਿ ਹਾਂ ਤੁਹਾਡੇ ਬੱਚੇ ਬਹੁਤ ਵਧੀਆ ਕਿ ਇੱਦਾਂ ਕੁਛ ਕਰ ਰਹੇ ਆ ਅਤੇ ਫਿਰ ਮੇਰੇ ਪਾਪਾ ਬਹੁਤ ਖੁਸ਼ੀ ਦੇ ਨਾਲ ਸਰ ਦਾ ਵੀ ਬਹੁਤ ਬਹੁਤ ਥੈਂਕ ਯੂ ਕਰਦੇ ਆ ਹਮੇਸ਼ਾ ਕਿ ਜਦੋਂ ਵੀ ਕੋਈ ਵੀ ਗੱਲ ਹੁੰਦੀ ਨਾ ਤਾਂ ਥੈਂਕ ਯੂ ਕਰਦੇ ਹੁੰਦੇ ਕਿ ਸਾਨੂੰ ਜਿਨ੍ਹਾਂ ਨੇ ਸਹੀ ਰਸਤੇ 'ਤੇ ਪਾਤਾ ਕਿ ਹਮੇਸ਼ਾ ਸਿੱਖਣ ਲਈ ਵੀ ਬਹੁਤ ਕੁਛ ਮਿਲਦਾ ਅਤੇ ਮੈਂ ਆਪਣੇ ਦਿਲੋਂ ਵੀ ਬਹੁਤ ਬਹੁਤ ਸਰ ਦਾ ਥੈਂਕ ਯੂ ਕਰਦੀ ਹਾਂ ਥੈਂਕ ਯੂ ਸਰ